ਅਵਾਰਾ ਕੁੱਤੇ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇੱਕ ਕਾਰ ਸੜਕ ਤੇ ਪਲਟ ਗਈ ਹੈ, ਜਿਸ ਦੇ ਕਾਰਨ ਕਾਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਟੈਕਸੀ ਚਾਲਕ, ਇਹ ਦੱਸਿਆ ਜਾ ਰਿਹਾ, ਜੋ ਕਿ ਸਵਾਰੀਆਂ ਨੂੰ ਛੱਡ ਕੇ ਜਦੋਂ ਆਪਣੇ ਘਰ ਵਾਪਸੀ ਕਰ ਰਿਹਾ ਸੀ ਤਾਂ ਰਸਤੇ ਦੇ ਵਿੱਚ ਇੱਕ ਅਚਾਨਕ ਹੀ ਅਵਾਰਾ ਕੁੱਤਾ ਅੱਗੇ ਆ ਜਾਂਦਾ, ਜਿਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਗੱਡੀ ਜੋ ਹੈ ਆਪਣਾ ਸੰਤੁਲਨ ਖੋ ਪੈਂਦੀ ਹੈ ਅਤੇ ਗਲੀ ਦੇ ਵਿੱਚ ਕਾਰ ਹੀ ਪਲਟ ਜਾਂਦੀ ਹੈ, ਜਿਸ ਦੇ ਕਾਰਨ ਦੱਸਿਆ ਜਾ ਰਿਹਾ ਕਿ ਜੋ ਚਾਲਕ ਹੈ ਉਸਦੀ ਮੌਤ ਹੋ ਗਈ ਹੈ। ਪਰਮਿੰਦਰ ਸਿੰਘ ਵਜੋਂ ਉਸਦੀ ਪਹਿਚਾਣ ਹੋਈ ਹੈ। ਤਾਂ ਖਬਰ ਜ਼ੀਰਕਪੁਰ ਤੋਂ ਸਾਹਮਣੇ ਆ ਰਹੀ ਹੈ। ਢਕੋਲੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਹਾਲਾਂਕਿ ਘਟਨਾ CCTV ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਦੋਂ ਇੱਕ ਕਾਰ ਗਲੀ ਦੇ ਵਿੱਚੋਂ ਨਿਕਲ ਰਹੀ ਹੈ ਤਾਂ ਅਚਾਨਕ ਹੀ ਅੱਗੇ ਕੁੱਤਾ ਆਉਂਦਾ ਹੈ, ਤਾਂ ਉਸ ਤੋਂ ਬਾਅਦ ਦੇ ਵਿੱਚ ਕਾਰ ਚਾਲਕ ਜੋ ਹੈ ਸੰਤੁਲਨ ਖੋ ਬੈਂਦਾ ਹੈ ਅਤੇ ਕਾਰ ਪਲਟ ਜਾਂਦੀ ਹੈ, ਜਿਸ ਦੇ ਕਾਰਨ ਦੱਸਿਆ ਜਾ ਰਿਹਾ ਕਿ ਇਸ ਕਾਰ ਚਾਲਕ ਦੀ ਮੌਕੇ 'ਤੇ ਹੀ ਜਾਨ ਚਲੀ ਗਈ ਹੈ। ਫਿਲਹਾਲ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਆਏ ਦਿਨ ਲਗਾਤਾਰ ਅਵਾਰਾ ਕੁੱਤੇ ਹਾਦਸਿਆਂ ਦਾ ਕਾਰਨ ਬਣਦੇ ਜਾ ਰਹੇ ਨੇ, ਜਿਸ ਦੇ ਕਾਰਨ ਕੀਮਤੀ ਜਾਨਾਂ ਦਾ ਨੁਕਸਾਨ ਹੋ ਰਿਹਾ ਹੈ। ਤਾਂ ਇੱਕ ਤੁਹਾਨੂੰ ਫਿਰ ਦੱਸ ਦਈਏ ਕਿ ਜ਼ੀਰਕਪੁਰ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਕਿ ਇੱਕ ਟੈਕਸੀ ਚਾਲਕ ਜਦੋਂ ਸਵਾਰੀਆਂ ਨੂੰ ਛੱਡ ਕੇ ਆਪਣੇ ਘਰ ਵਾਪਸੀ ਕਰ ਰਿਹਾ ਸੀ ਤਾਂ ਗਲੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਅਵਾਰਾ ਕੁੱਤਾ ਆ ਜਾਂਦਾ, ਜਿਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਕਾਰ ਪਲਟ ਜਾਂਦੀ ਹੈ ਅਤੇ ਇਸ ਦੇ ਵਿੱਚ ਜੋ ਚਾਲਕ ਸੀ ਉਸਦੀ ਮੌਤ ਹੋ ਗਈ ਹੈ। ਅਵਾਰਾ ਕੁੱਤੇ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇੱਕ ਕਾਰ ਸੜਕ 'ਤੇ ਪਲਟ ਗਈ ਹੈ, ਜਿਸ ਦੇ ਕਾਰਨ ਕਾਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਟੈਕਸੀ ਚਾਲਕ, ਇਹ ਦੱਸਿਆ ਜਾ ਰਿਹਾ, ਜੋ ਕਿ ਸਵਾਰੀਆਂ ਨੂੰ ਛੱਡ ਕੇ ਜਦੋਂ ਆਪਣੇ ਘਰ ਵਾਪਸੀ ਕਰ ਰਿਹਾ ਸੀ ਤਾਂ ਰਸਤੇ ਦੇ ਵਿੱਚ ਇੱਕ ਅਚਾਨਕ ਹੀ ਅਵਾਰਾ ਕੁੱਤਾ ਅੱਗੇ ਆ ਜਾਂਦਾ, ਜਿਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਗੱਡੀ ਜੋ ਹੈ ਆਪਣਾ ਸੰਤੁਲਨ ਖੋ ਪੈਂਦੀ ਹੈ ਅਤੇ ਗਲੀ ਦੇ ਵਿੱਚ ਕਾਰ ਹੀ ਪਲਟ ਜਾਂਦੀ ਹੈ, ਜਿਸ ਦੇ ਕਾਰਨ ਦੱਸਿਆ ਜਾ ਰਿਹਾ ਕਿ ਜੋ ਚਾਲਕ ਹੈ ਉਸਦੀ ਮੌਤ ਹੋ ਗਈ ਹੈ। ਪਰਮਿੰਦਰ ਸਿੰਘ ਵਜੋਂ ਉਸਦੀ ਪਹਿਚਾਣ ਹੋਈ ਹੈ। ਤਾਂ ਖਬਰ ਜ਼ੀਰਕਪੁਰ ਤੋਂ ਸਾਹਮਣੇ ਆ ਰਹੀ ਹੈ। ਢਕੋਲੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਹਾਲਾਂਕਿ ਘਟਨਾ CCTV ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਦੋਂ ਇੱਕ ਕਾਰ ਗਲੀ ਦੇ ਵਿੱਚੋਂ ਨਿਕਲ ਰਹੀ ਹੈ ਤਾਂ ਅਚਾਨਕ ਹੀ ਅੱਗੇ ਕੁੱਤਾ ਆਉਂਦਾ ਹੈ, ਤਾਂ ਉਸ ਤੋਂ ਬਾਅਦ ਦੇ ਵਿੱਚ ਕਾਰ ਚਾਲਕ ਜੋ ਹੈ ਸੰਤੁਲਨ ਖੋ ਬੈਂਦਾ ਹੈ ਅਤੇ ਕਾਰ ਪਲਟ ਜਾਂਦੀ ਹੈ, ਜਿਸ ਦੇ ਕਾਰਨ ਦੱਸਿਆ ਜਾ ਰਿਹਾ ਕਿ ਇਸ ਕਾਰ ਚਾਲਕ ਦੀ ਮੌਕੇ 'ਤੇ ਹੀ ਜਾਨ ਚਲੀ ਗਈ ਹੈ। ਫਿਲਹਾਲ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਆਏ ਦਿਨ ਲਗਾਤਾਰ ਅਵਾਰਾ ਕੁੱਤੇ ਹਾਦਸਿਆਂ ਦਾ ਕਾਰਨ ਬਣਦੇ ਜਾ ਰਹੇ ਨੇ, ਜਿਸ ਦੇ ਕਾਰਨ ਕੀਮਤੀ ਜਾਨਾਂ ਦਾ ਨੁਕਸਾਨ ਹੋ ਰਿਹਾ ਹੈ। ਤਾਂ ਇੱਕ ਤੁਹਾਨੂੰ ਫਿਰ ਦੱਸ ਦਈਏ ਕਿ ਜ਼ੀਰਕਪੁਰ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਕਿ ਇੱਕ ਟੈਕਸੀ ਚਾਲਕ ਜਦੋਂ ਸਵਾਰੀਆਂ ਨੂੰ ਛੱਡ ਕੇ ਆਪਣੇ ਘਰ ਵਾਪਸੀ ਕਰ ਰਿਹਾ ਸੀ ਤਾਂ ਗਲੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਅਵਾਰਾ ਕੁੱਤਾ ਆ ਜਾਂਦਾ, ਜਿਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਕਾਰ ਪਲਟ ਜਾਂਦੀ ਹੈ ਅਤੇ ਇਸ ਦੇ ਵਿੱਚ ਜੋ ਚਾਲਕ ਸੀ ਉਸਦੀ ਮੌਤ ਹੋ ਗਈ ਹੈ। ਅਵਾਰਾ ਕੁੱਤੇ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇੱਕ ਕਾਰ ਸੜਕ 'ਤੇ ਪਲਟ ਗਈ ਹੈ, ਜਿਸ ਦੇ ਕਾਰਨ ਕਾਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਟੈਕਸੀ ਚਾਲਕ, ਇਹ ਦੱਸਿਆ ਜਾ ਰਿਹਾ, ਜੋ ਕਿ ਸਵਾਰੀਆਂ ਨੂੰ ਛੱਡ ਕੇ ਜਦੋਂ ਆਪਣੇ ਘਰ ਵਾਪਸੀ ਕਰ ਰਿਹਾ ਸੀ ਤਾਂ ਰਸਤੇ ਦੇ ਵਿੱਚ ਇੱਕ ਅਚਾਨਕ ਹੀ ਅਵਾਰਾ ਕੁੱਤਾ ਅੱਗੇ ਆ ਜਾਂਦਾ, ਜਿਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਗੱਡੀ ਜੋ ਹੈ ਆਪਣਾ ਸੰਤੁਲਨ ਖੋ ਪੈਂਦੀ ਹੈ ਅਤੇ ਗਲੀ ਦੇ ਵਿੱਚ ਕਾਰ ਹੀ ਪਲਟ ਜਾਂਦੀ ਹੈ, ਜਿਸ ਦੇ ਕਾਰਨ ਦੱਸਿਆ ਜਾ ਰਿਹਾ ਕਿ ਜੋ ਚਾਲਕ ਹੈ ਉਸਦੀ ਮੌਤ ਹੋ ਗਈ ਹੈ। ਪਰਮਿੰਦਰ ਸਿੰਘ ਵਜੋਂ ਉਸਦੀ ਪਹਿਚਾਣ ਹੋਈ ਹੈ। ਤਾਂ ਖਬਰ ਜ਼ੀਰਕਪੁਰ ਤੋਂ ਸਾਹਮਣੇ ਆ ਰਹੀ ਹੈ। ਢਕੋਲੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਹਾਲਾਂਕਿ ਘਟਨਾ CCTV ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਦੋਂ ਇੱਕ ਕਾਰ ਗਲੀ ਦੇ ਵਿੱਚੋਂ ਨਿਕਲ ਰਹੀ ਹੈ ਤਾਂ ਅਚਾਨਕ ਹੀ ਅੱਗੇ ਕੁੱਤਾ ਆਉਂਦਾ ਹੈ, ਤਾਂ ਉਸ ਤੋਂ ਬਾਅਦ ਦੇ ਵਿੱਚ ਕਾਰ ਚਾਲਕ ਜੋ ਹੈ ਸੰਤੁਲਨ ਖੋ ਬੈਂਦਾ ਹੈ ਅਤੇ ਕਾਰ
ਪਲਟ ਜਾਂਦੀ ਹੈ, ਜਿਸ ਦੇ ਕਾਰਨ ਦੱਸਿਆ ਜਾ ਰਿਹਾ ਕਿ ਇਸ ਕਾਰ ਚਾਲਕ ਦੀ ਮੌਕੇ 'ਤੇ ਹੀ ਜਾਨ ਚਲੀ ਗਈ ਹੈ। ਫਿਲਹਾਲ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਆਏ ਦਿਨ ਲਗਾਤਾਰ ਅਵਾਰਾ ਕੁੱਤੇ ਹਾਦਸਿਆਂ ਦਾ ਕਾਰਨ ਬਣਦੇ ਜਾ ਰਹੇ ਨੇ, ਜਿਸ ਦੇ ਕਾਰਨ ਕੀਮਤੀ ਜਾਨਾਂ ਦਾ ਨੁਕਸਾਨ ਹੋ ਰਿਹਾ ਹੈ। ਤਾਂ ਇੱਕ ਤੁਹਾਨੂੰ ਫਿਰ ਦੱਸ ਦਈਏ ਕਿ ਜ਼ੀਰਕਪੁਰ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਕਿ ਇੱਕ ਟੈਕਸੀ ਚਾਲਕ ਜਦੋਂ ਸਵਾਰੀਆਂ ਨੂੰ ਛੱਡ ਕੇ ਆਪਣੇ ਘਰ ਵਾਪਸੀ ਕਰ ਰਿਹਾ ਸੀ, ਤਾਂ ਗਲੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਅਵਾਰਾ ਕੁੱਤਾ ਆ ਜਾਂਦਾ, ਜਿਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਕਾਰ ਪਲਟ ਜਾਂਦੀ ਹੈ ਅਤੇ ਇਸ ਦੇ ਵਿੱਚ ਜੋ ਚਾਲਕ ਸੀ ਉਸਦੀ ਮੌਤ ਹੋ ਗਈ ਹੈ।